ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਅਤੇ ਸਵਾਗਤ ਹੈ ਤੁਹਾਡਾ YouTube ਚੈਨਲ ਫਰੀਦਕੋਟ ਪੀਜਨ ਕਲੱਬ 04 ਵਿੱਚ। ਅਤੇ ਵੀਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪਿੱਲੀਆਂ ਇੱਟਾਂ ਦੀ, ਪਿੱਲੀ ਇੱਟ ਦੀ। ਇਹਦੇ ਬਈ ਫਾਇਦੇ ਬਹੁਤ ਆ, ਨੁਕਸਾਨ ਤਾਂ ਕੋਈ ਵੀ ਨਹੀਂ ਗਾ, ਫਾਇਦੇ ਫਾਇਦੇ ਇਹਦੇ ਬਈ। ਆਪਾਂ ਕੁੱਟ ਕੇ ਪਾਉਣੇ ਆ ਅਤੇ ਅੱਗੇ ਵੀ ਤੁਹਾਨੂੰ ਦਿਖਾਉਣੇ ਹੀ ਰਹਿੰਦੇ ਹਾਂ। ਵੈਸੇ ਵੀਡੀਓ 'ਚ ਪਤਾ ਹੀ ਲੱਗਦਾ ਹੋਊਗਾ ਕਿ ਪਿੱਲੀ ਇੱਟ ਪਈ ਹੁੰਦੀ ਆ ਅਤੇ ਬਾਕੀ ਆ ਆਪਾਂ ਇੱਟ ਕੁੱਟ ਲਈ ਆ ਅਤੇ ਇਹਨੂੰ ਆਪਾਂ ਪਾਉਣੇ ਆ ਕੂਤਰਾ ਨੂੰ। ਲਓ ਵੀਰੇ ਆ ਪਹਿਲਾਂ ਵਾਲੀ ਪਿੱਲੀ ਇੱਟ ਜਿਹੜੀ ਖਤਮ ਹੋ ਗਈ ਆ ਅਤੇ ਆਪਾਂ ਹੁਣ ਨਵੀਂ ਲਿਆਂਦੀ ਆ ਕੁੱਟ ਕੇ ਅਤੇ ਪਾ ਕੇ ਦਿਖਾਉਣੇ ਤੁਹਾਨੂੰ ਕੂਤਰਾ। ਬਹੁਤ ਬਈ ਇਹਨੂੰ ਰੀਹ ਨਾਲ ਖਾਂਦੇ ਆ ਅਤੇ ਇਹਦੇ ਫਾਇਦੇ ਵੀ ਬਹੁਤ ਆ। ਆ ਦੇਖੋ ਵੀਰੇ ਮਿੱਟੀ ਖਾਂਦੇ ਥੋੜ੍ਹਾ ਜਿਹਾ ਡਰਦੇ ਆ ਆਪਣੇ ਤੋਂ ਅਤੇ ਪਰ ਜਿਹੜੀ ਆਪਾਂ ਰੋੜੀ ਕੁੱਟ ਕੇ ਪਾਈ ਆ ਉਹ ਖਾਂਦੇ ਆ ਅਤੇ ਜ਼ਰੂਰ ਬਾਈ ਮੱਛਰ ਤੋਂ ਕਹਿੰਦੇ ਹੁੰਦੇ ਆ। ਮੱਛਰ ਤੋਂ ਪਹਿਲੀ ਗੱਲ ਤਾਂ ਬਈ ਜਾਲੀ ਬਰੀਕ ਲਾਇਆ ਕਰੋ, ਜਮਾਂ ਖੁੱਡਿਆਂ ਨੂੰ ਜਿਹੜੀ ਬਰੀਕ ਜਾਲੀ ਆ ਉਹ ਲਾਇਆ ਕਰੋ ਵੀ ਮੱਛਰ ਅੰਦਰ ਨਾ ਵੜੇ। ਫੋੜੇ ਫੈਂਸੀਆਂ ਜਿਹੜੇ ਫੈਂਸੀਆਂ ਨਿਕਲਦੀਆਂ ਪੈਰਾਂ 'ਤੇ ਮੂੰਹਾਂ 'ਤੇ ਉਹ ਇਸੇ ਕਰਕੇ ਹੁੰਦੇ ਬਈ। ਆਹ ਲਾ ਲਿਆ ਕਰੋ ਜਾਲੀ ਜੇ ਤੁਹਾਡੇ ਕਿਸੇ ਦੇ ਖੁੱਡੇ ਦੇ ਮਤਲਬ ਕਿ ਮੋਟੀ ਜਾਲੀ ਲੱਗੀ ਆ ਤਾਂ ਤੁਸੀਂ ਆਹ ਬਰੀਕ ਜਾਲੀ ਲਾ ਲਿਆ ਕਰੋ ਲੈ ਕੇ ਉੱਤੇ ਇਹ ਮੇਖਾ ਵਗੈਰਾ ਨਾਲ, ਕਿਉਂਕਿ ਅੰਦਰ ਮੱਛਰ ਨਾ ਜਾਵੇ ਅਤੇ ਹਵਾਦਾਰ ਖੁੱਡਾ ਰੱਖਿਆ ਕਰੋ। ਅਤੇ ਆਪਣੇ ਬਈ ਬੱਚੇ ਜਿਹੜੇ ਤੁਹਾਨੂੰ ਦਿਖਾਉਣੇ ਆ ਕਿਸੇ ਦੇ ਕੋਈ ਫੈਂਸੀ ਨਹੀਂ ਗੀ, ਕਿੰਨੇ ਬੱਚੇ ਘੱਟੋ ਘੱਟ 100 ਬੱਚਾ ਕਢਵਾ ਲਿਆ, ਕਿਸੇ ਦੇ ਵੀ ਫੈਂਸੀ ਹੈ ਨਹੀਂ ਗੀ ਬਈ ਦਿਖਾਉਣੇ ਤੁਹਾਨੂੰ। ਅਤੇ ਬਈ ਫੈਂਸੀਆਂ ਦਾ ਪੁੱਛਦੇ ਹੁੰਦੇ ਇਲਾਜ ਇਹੀ ਆ ਬਈ ਮੱਛਰ ਤੋਂ ਥੋੜ੍ਹਾ ਜਿਹਾ ਬਚਾਅ ਰੱਖਿਆ ਕਰੋ। ਅਤੇ ਅੱਗੇ ਤੁਹਾਨੂੰ ਬੱਚੇ ਵਿਖਾਉਣੇ ਆਪਾਂ ਫੈਂਸੀਆਂ ਤੋਂ ਜਮਾਂ ਰਾਹਤ ਆ। ਜਿਵੇਂ ਬਈ ਆਹ ਜਾਲੀ ਬਰੀਕ ਲੱਗੀ ਵੀ ਆ ਆਪਾਂ ਜਦੋਂ ਇਹ ਥੋੜ੍ਹੇ ਵੱਡੇ ਹੋ ਜਾਂਦੇ ਵੈਸੇ ਆਪਣੇ ਖੁੱਡਿਆ ਦੂਜਿਆਂ ਨਾਲ ਵੀ ਆ ਸਾਰਿਆਂ ਨੂੰ ਜਿਹੜੇ ਜੋੜੀਆਂ ਵਾਲੇ ਆ ਬਰੀਕ ਹੀ ਲੱਗੀ ਹੈ ਜਾਲੀ, ਇੱਧਰੋਂ ਚੱਕ ਕੇ ਫਿਰ ਆਹ ਅੰਦਰ ਲਿਆਈ ਦੇ ਆ ਬਈ ਅਤੇ ਅੰਦਰ ਆਹ ਡੋਲੀਆਂ 'ਚ ਪਾ ਲਈ ਦੇ ਆ। ਇਹਨਾਂ ਦੇ ਵਿੱਚ 8-8 10-10 ਬੱਚੇ ਜਿਵੇਂ ਜਿਵੇਂ ਵੱਡੇ ਹੋਈ ਜਾਂਦੇ ਚੱਕ ਕੇ ਇੱਥੇ ਲਿਆ ਕੇ ਪਾਲੀ ਦੇ ਆ, ਕਿਉਂਕਿ ਆਹ ਇੱਧਰੋਂ ਬੰਦ ਆ ਸਾਰਾ, ਇੱਧਰੋਂ ਵੀ ਜਾਲੀ ਲੱਗੀ ਹੋਈ ਆ। ਅਤੇ ਅੱਗੇ ਦਿਖਾਉਣੇ ਤੁਹਾਨੂੰ ਬੱਚੇ, ਤਾਂ ਕਰਕੇ ਮੱਛਰ ਤੋਂ ਰਾਹਤ ਆ, ਕਿਸੇ ਵੀ ਬੱਚੇ 'ਤੇ ਮੱਛਰ ਨਹੀਂ ਹੁੰਦਾ ਗਾ, ਮੱਛਰ ਨਹੀਂ ਲੜਦਾ ਗਾ ਅਤੇ ਫੈਂਸੀ ਨਹੀਂ ਹੁੰਦੀ ਗੀ। ਆਹ ਦੇਖੋ ਬਈ ਕਿਸੇ ਦੇ ਵੀ ਮੂੰਹ 'ਤੇ ਦੇਖ ਲਓ, ਪੈਰ 'ਤੇ ਦੇਖ ਲਓ, ਕਿਸੇ ਦੇ ਕੋਈ ਫੈਂਸੀ ਨਹੀਂ ਗੀ, ਇੱਕ ਵੀ ਫੈਂਸੀ ਹੈ ਨਹੀਂ ਗੀ, ਕਿਉਂਕਿ ਆਪਣੇ ਆ ਜਾਲੀ ਦਾ ਪ੍ਰਬੰਧ ਆ ਬਰੀਕ। ਮੇਰਾ ਮੰਨਣਾ ਤਾਂ ਬਈ ਜੀ ਇਹ ਜਿਹੜਾ ਫੈਂਸੀਆਂ ਨਿਕਲਦੀਆਂ ਮੱਛਰ ਤੋਂ ਹੀ ਆ, ਮੱਛਰ ਤੋਂ ਬਚਾਅ ਬਈ ਰੱਖੋ ਅਤੇ ਕਦੇ ਕੋਈ ਫੈਂਸੀ ਨਹੀਂ ਨਿਕਲਦੀ ਬਈ, ਕਿਸੇ ਬੱਚੇ 'ਤੇ ਵੀ ਫੈਂਸੀ ਨਹੀਂ ਹੁੰਦੀ ਗੀ। ਅਤੇ ਬਾਕੀ ਆਹ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਕਰਕੇ ਦੱਸਿਆ ਕਰੋ ਅਤੇ ਲਾਈਕ ਕਰ ਦਿਆ ਕਰੋ ਅਤੇ ਨਿਊ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਵੀਰੇ। ਅਤੇ ਆਹ ਜਿਹੜੀ ਫੈਂਸਿੰਗ ਵਾਲੀ ਹੈ ਇਹ ਜ਼ਰੂਰ ਸ਼ੇਅਰ ਕਰਿਓ ਜੀ, ਤਾਂ ਕਿ ਕਿਸੇ ਬਾਈ ਦਾ ਭਲਾ ਹੋ ਸਕੇ।